ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਜਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਵੱਡੀ ਅਪਡੇਟ ਅਧीन ਸੇਵਾਮਾ ਚੋਨ ਬੋਰਡ ਵੱਲੋਂ ਲੈ ਕੇ ਆਏ ਅਧीन ਸੇਵਾਮਾ ਚੋਨ ਬੋਰਡ ਵੱਲੋਂ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ਼ਤਿਹਾਰ ਨੰਬਰ 8/2023 ਜਾਰੀ ਹੋ ਚੁੱਕਿਆ ਅਸਾਮੀਆਂ ਦੀ ਗਿਣਤੀ 111 ਜੀ ਤੇ ਇਹਦੇ ਵਿੱਚ ਪੋਸਟਾਂ ਨੋਟ ਕਰ ਲਓ ਤਬਲਾ ਇਨਸਟ੍ਰਕਟਰ ਦੀਆਂ 19 ਪੋਸਟਾਂ ਹੈ ਲਾਇ ਸ਼ਿਪ ਸ਼ਿਪ ਮੋਡਲਿੰਗ ਇਨਸਟ੍ਰਕਟਰ ਦੀਆਂ 3 ਆ ਜੀ 에어 ਮੋਡਲਿੰਗ ਇਨਸਟ੍ਰਕਟਰ ਦੀਆਂ 3 ਸ਼ਿਪ ਮੋਡਲਿੰਗ ਸਟੋਰ ਕੀਪਰ ਦੀ 1 ਹੈ ਡੇਰੀ ਵਿਕਾਸ ਇਨਸਪੈਕਟਰ ਗ੍ਰੇਡ 2 ਦੀਆਂ 1 ਇੱਕੀ ਆ ਬਿਜਲੀ ਸਾਜ਼ ਕਮ ਜੂਨੀਅਰ ਟੈਕਨੀਸ਼ੀਅਨ 1 ਇੱਕ ਹੈ ਲਾਈਨ ਸੁਪਰਡੈਂਟ ਦੀਆਂ 6 ਹੈ ਡਰਾਈਵਰ ਦੀ 1 ਅਤੇ ਕੁੱਲ 111 ਤਾਂ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸ ਦਵਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹਦੇ ਵਿੱਚ ਜ਼ਿਆਦਾਤਰ ਪੋਸਟਾਂ ਦੇ ਲਈ ਟੈਕਨੀਕਲ ਕੁਆਲੀਫਿਕੇਸ਼ਨ ਮੰਗੀ ਗਈ ਹੈ ਟੈਕਨੀਕਲ ਤੋਂ ਮੇਰਾ ਭਾਵ ਹੈ ਵੀ ਜਿਵੇਂ ਇਲੈਕਟ੍ਰੀਕਲ ਡਿਪਲੋਮਾ ਹੋ ਗਿਆ ਠੀਕ ਹੈ ਜਾਂ 뮤ਜ਼ਿਕ ਦੀ ਪੜ੍ਹਾਈ ਹੋਗੀ ਇਹ ਤੁਹਾਡੀ ਸ਼ਿਪ ਮੋਡਲਿੰਗ ਦਾ ਡਿਪਲੋਮਾ ਹੋ ਗਿਆ 에ਰੋ ਮੋਡਲਿੰਗ ਦਾ ਹੋ ਗਿਆ ਤਾਂ ਇਦਾਂ ਦੀਆਂ ਕੁਆਲਿਫੀਕੇਸ਼ਨਸ ਹੈਗੀਆਂ ਤੇ ਦੋਸਤੋ ਇਸ਼ਤਿਹਾਰ ਪ੍ਰਕਾਸ਼ ਹੋ ਚੁੱਕਿਆ ਆਨਲਾਈਨ ਅਪਲਾਈ ਕਰ ਸਕੋਗੇ ਤੁਸੀਂ ਅੱਜ ਜਾਨਕੀ 8 ਸਤੰਬਰ 2023 ਤੋਂ ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 29 ਸਤੰਬਰ 2023 ਹੈ ਜੀ ਫੀਸ ਭਰਨ ਦੀ ਆਖਰੀ ਮਿਤੀ 1 ਅਕਤੂਬਰ 2023 ਹੈ ਤਾਂ ਇਹਦੇ ਲਈ ਵਿਸਥਾਰਪੂਰਵਕ ਜੇ ਗੱਲ ਕਰੀ ਨੋਟੀਫਿਕੇਸ਼ਨ ਦੀ ਤਾਂ ਇਹਦੇ ਚ ਗਰੁੱਪ ਸੀ ਦੀਆਂ ਜਿਹੜੀਆਂ ਵੱਖ-ਵੱਖ ਅਸਾਮੀਆਂ ਇਹ ਪੜੀਆਂ ਜਾਣੀਆਂ ਨੇ ਗਰੁੱਪ ਸੀ ਦੀਆਂ ਸਾਮੀਆਂ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਸਭ ਤੋਂ ਪਹਿਲਾਂ ਜੀ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਕਾਲਜਾਂ ਠੀਕ ਹੈ ਜੀ ਕਾਲਜੇਸ ਦੇ ਵਿੱਚ ਜਿਹੜੇ ਰੱਖੇ ਜਾਣੇ ਆ ਕੈਂਡੀਡੇਟ ਉਹ ਤਬਲਾ ਇੰਸਟ੍ਰਕਟਰ ਰੱਖੇ ਜਾਣੇ ਆ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਕਾਲਜਾਂ ਦੇ ਵਿੱਚ ਤਬਲਾ ਇੰਸਟ੍ਰਕਟਰ ਰੱਖੇ ਜਾਣੇ ਆ ਜਿਹਦੇ ਵਿੱਚ ਕੁੱਲ 19 ਪੋਸਟਾਂ ਤੇ 7 ਪੋਸਟਾਂ ਔਮਨ ਦੀਆਂ 19 ਦੇ ਵਿੱਚੋਂ ਉਸ ਤੋਂ ਬਾਅਦ ਜੀ ਲਾਇਬ੍ਰੇਰੀ ਰਿਸਟੋਰਰ ਜਿਹੜੇ ਰੱਖੇ ਜਾਣੇ ਇਹ ਵੀ ਕਾਲਜਾਂ ਦੇ ਵਿੱਚ ਰੱਖੇ ਜਾਣੇ ਆ ਸਿੱਖਿਆ ਵਿਭਾਗ ਦੇ ਵਿੱਚ ਠੀਕ ਹੈ ਜੀ ਤੇ ਇਹਨਾਂ ਦੇ ਲਈ ਜਿਹੜੀਆਂ 56 ਪੋਸਟਾਂ ਟੋਟਲ ਹੈ ਜੀ ਲਾਇਬ੍ਰੇਰੀ ਰਿਸਟੋਰਰ ਦੀਆਂ ਤੇ 56 ਦੇ ਵਿੱਚੋਂ 17 ਪੋਸਟਾਂ ਔਮਨ ਕੈਂਡੀਡੇਟਸ ਦੇ ਲਈ ਹੈ। ਦੈਨ ਉਸ ਤੋਂ ਬਾਅਦ ਜੀ ਸ਼ਿਪ ਮਾਡਲਿੰਗ ਇੰਸਟ੍ਰਕਟਰ ਇਹ ਵੀ ਕਾਲਜੇਜ਼ ਦੇ ਵਿੱਚ ਰੱਖੇ ਜਾਣੇ ਆ ਤੇ ਇਹਦੇ ਲਈ ਤਿੰਨ ਪੋਸਟਾਂ ਆ ਜੀ ਟੋਟਲ 에어로 ਮਾਡਲਿੰਗ ਇੰਸਟ੍ਰਕਟਰ ਇਹ ਵੀ ਕਾਲਜੇਜ਼ ਦੇ ਵਿੱਚ ਰੱਖੇ ਜਾਣੇ ਇਹਦੇ ਲਈ ਵੀ ਤਿੰਨ ਪੋਸਟਾਂ ਜੀ ਸ਼ਿਪ ਮਾਡਲਿੰਗ ਸਟੋਰ ਕੀਪਰ ਇਹ ਵੀ ਕਾਲਜੇਜ਼ ਦੇ ਵਿੱਚ ਰੱਖੇ ਜਾਣੇ ਆ ਇਹਦੇ ਲਈ ਇੱਕ ਪੋਸਟ ਆ ਜੀ ਇਹ ਜਨਰਲ ਕੈਟਾਗਰੀ ਦੀਆਂ ਪੋਸਟਾਂ ਨੇ ਸਾਰੀਆਂ ਇਹ ਵੀ ਨੋਟ ਕਰ ਲਿਓ ਤੇ ਉਸ ਤੋਂ ਬਾਅਦ ਜੀ ਵਿਭਾਗ ਦਾ ਨਾਮ ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਠੀਕ ਹੈ ਮਾਲ ਵਿਭਾਗ ਜੀ ਦੇ ਚ ਪਟਵਾਰੀ ਭਰਤੀ ਹੁੰਦੇ ਆ ਉਹੀ ਵਿਭਾਗ ਹੈ ਇਹ ਤਾਂ ਇਹਦੇ ਵਿੱਚ ਜਿਹੜੇ ਰੱਖੇ ਜਾਣੇ ਆ ਵਿੱਤੀ ਕਮਿਸ਼ਨਰੇਜ਼ ਸਖਤਰੇਤ ਚੰਡੀਗੜ੍ਹ ਦੇ ਵਿਖੇ ਤਾਂ ਇਹਦੇ ਚ ਬਿਜਲੀ ਸਹਾਜ ਕਮ ਜੂਨੀਅਰ ਟੈਕਨੀਸ਼ੀਅਨ ਰੱਖੇ ਜਾਣੇ ਇੱਕ ਪੋਸਟ ਹੈ ਦੈਨ ਡਾਇਰੈਕਟਰ ਡੇਰੀ ਵਿਕਾਸ ਵਿਭਾਗ ਦੇ ਵਿੱਚ ਡੇਰੀ ਵਿਕਾਸ ਇਨਸਪੈਕਟਰ ਗ੍ਰੇਡ 2 ਰੱਖੇ ਜਾਣੇ 21 ਪੋਸਟਾਂ ਟੋਟਲ 7 ਪੋਸਟਾਂ ਵਿੱਚੋਂ ਵੁਮਨ ਦੀਆਂ ਤੇ ਡਰਾਈਵਰ ਵੀ ਜਿਹੜਾ ਰੱਖਿਆ ਜਾਣਾ ਉਹ ਡੇਰੀ ਵਿਕਾਸ ਵਿਭਾਗ ਦੇ ਵਿੱਚ ਰੱਖਿਆ ਜਾਣਾ ਉਸ ਤੋਂ ਬਾਅਦ ਜੀ ਪਾਵਰ ਨਵੀ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਵਿੱਚ ਲਾਈਨ ਸੁਪਰਡੈਂਟ ਰੱਖੇ ਜਾਣੇ ਆ 6 ਪੋਸਟਾਂ ਟੋਟਲ ਹੈ ਜੀ ਦੋ ਪੋਸਟਾਂ ਵੁਮਨ ਦੀਆਂ 6 ਦੇ ਵਿੱਚੋਂ ਇਹ ਪੋਸਟਾਂ ਸੀ ਦੋਸਤੋ ਟੋਟਲ ਤੇ ਉਸ ਤੋਂ ਬਾਅਦ ਜੀ ਇਹਨਾਂ ਦੀ ਸੈਲਰੀ ਦੀ ਗੱਲ ਕਰੀਏ ਤਬਲਾ ਇੰਸਟ੍ਰਕਟਰ ਦੀ 29200 ਰੁਪਇਆ ਇਹ ਸੈਲਰੀ ਜਿਹੜੀ ਮੈਂ ਦੱਸੂਗਾ ਤੁਹਾਨੂੰ ਇਹ ਡਿਊਰਿੰਗ ਪ੍ਰੋਬੇਸ਼ਨ ਮਿਲਦੀ ਹੈ 3 ਸਾਲ ਦਾ ਪ੍ਰੋਬੇਸ਼ਨ ਹੁੰਦਾ ਪਰ ਮੰਥ ਦੇ ਹਿਸਾਬ ਨਾਲ ਇਹ ਸੈਲਰੀ ਮਿਲਦੀ ਹੈ ਉਸ ਤੋਂ ਬਾਅਦ ਜੋ ਸਕੇਲ ਹੁੰਦਾ ਉਹਦੇ ਹਿਸਾਬ ਨਾਲ ਸੈਲਰੀ ਵੱਧ ਜਾਂਦੀ ਹੈ 3 ਸਾਲ ਤੋਂ ਬਾਅਦ ਤਾਂ ਟੈਬਲ ਸਟ੍ਰਕਚਰ 29200 ਲਾਇਬ੍ਰੇਰੀ ਰਿਸਟੋਰਰ 21700 ਸ਼ਿਪ ਮੋਡਲਿੰਗ ਇੰਸਟ੍ਰਕਟਰ 19900 에어로 ਮੋਡਲਿੰਗ ਇੰਸਟ੍ਰਕਟਰ 19900 ਸ਼ਿਪ ਮੋਡਲਿੰਗ ਸਟੋਰ ਕੀਪਰ 25500 ਡੇਰੀ ਵਿਕਾਸ ਇਨਸਪੈਕਟਰ ਗ੍ਰੇਡ 2 29200 ਬਿਜਲੀ ਸਾਜ਼ ਕਮ ਜੂਨੀਅਰ ਟੈਕਨੀਸ਼ੀਅਨ 19900 ਲਾਈਨ ਸੁਪਰਡੈਂਟ 35400 ਡਰਾਈਵਰ 21700 ਤਾਂ ਇਹ तमाम ਜਿਹੜੇ ਪੇਸਕੇਲ ਆ ਵੱਖਰੀਆਂ ਵੱਖਰੀਆਂ ਪੋਸਟਾਂ ਦੇ ਇਹਦੇ ਵਿੱਚ ਹੁਣ ਵਿਦਿਅਕ ਯੋਗਤਾ ਨੋਟ ਕਰ ਲਓ ਜੀ ਤਬਲਾ ਇਨਸਟ੍ਰਕਟਰ ਦੇ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪ੍ਰਵਾਨਿਤ ਯੂਨੀਵਰਸਿਟੀ ਤੋਂ ਤੁਸੀਂ ਬੀਏ 뮤직 ਕੀਤੀ ਹੋਵੇ ਠੀਕ ਹੈ ਜੀ ਬੀਏ 뮤직 ਤੇ ਉਹਦੇ ਨਾਲ ਤੁਸੀਂ ਡਿਪਲੋਮਾ ਕੀਤਾ ਹੋਵੇ ਤਬਲਾ ਪਲੇਇੰਗ ਦੇ ਵਿੱਚ ਠੀਕ ਹੈ ਜੀ ਬੀਏ 뮤직 ਪਲੱਸ ਡਿਪਲੋਮਾ ਇਨ ਤਬਲਾ ਪਲੇਇੰਗ ਤੇ ਉਹਦੇ ਨਾਲ ਦਸਵੀਂ ਦੇ ਵਿੱਚ ਤੁਸੀਂ ਪੰਜਾਬੀ ਵਿਸ਼ਾ ਪਾਸ ਹੋਣਾ ਚਾਹੀਦਿਓ ਉਸ ਤੋਂ ਬਾਅਦ ਜੀ ਲਾਇਬ੍ਰੇਰੀ ਰੈਸਟੋਰਰ ਦੀ ਜਿਹੜੀ ਭਰਤੀ ਆ ਇਹਦੇ ਲਈ ਕਿਸੇ ਪ੍ਰਵਾਨਿਤ ਬੋਰਡ ਸੰਸਥਾ ਤੋਂ میٹرਿਕ ਸਮੇਤ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਤੁਸੀਂ ਕੀਤਾ ਹੋਵੇ 10ਵੀਂ ਦੇ ਨਾਲ ਤੁਸੀਂ ਡਿਪਲੋਮਾ ਕੀਤਾ ਹੋਵੇ ਲਾਇਬ੍ਰੇਰੀ ਸਾਇੰਸ ਦਾ ਤੇ میٹرਿਕ ਪੱਧਰ ਤੇ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ਜੀ ਥੈਨ ਦੋਸਤੋ ਸ਼ਿਪ ਮਾਡਲਿੰਗ ਇੰਸਟ੍ਰਕਟਰ ਦੀ ਜਿਹੜੀ ਪੋਸਟ ਹੈ ਉਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਗ੍ਰੈਜੂਏਸ਼ਨ ਕੀਤੀ ਹੋਵੇ ਸਿੰਪਲ ਗ੍ਰੈਜੂਏਸ਼ਨ ਤੇ ਉਹਦੇ ਨਾਲ ਤੁਸੀਂ ਸ਼ਿਪ ਮਾਡਲਿੰਗ ਸੰਸਥਾ ਤੋਂ ਘੱਟੋ ਘੱਟ 6 ਮਹੀਨੇ ਦਾ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ ਜੀ ਸ਼ਿਪ ਮਾਡਲਿੰਗ ਇ ਤੇ ਇਹਦੇ ਨਾਲ ਹੀ 10ਵੀਂ ਵਿੱਚ ਪੰਜਾਬੀ ਪਾਸ ਤੁਸੀਂ ਕੀਤੀ ਹੋਵੇ। ਦੈਨ ਦੋਸਤੋ 에어로 ਮਾਡਲਿੰਗ ਇਨਸਟ੍ਰਕਟਰ ਦੇ ਲਈ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਗ੍ਰੈਜੂਏਸ਼ਨ ਦੇ ਨਾਲ ਘੱਟੋ-ਘੱਟ 6 ਮਹੀਨੇ ਦਾ ਡਿਪਲੋਮਾ ਕੀਤਾ ਹੋਵੇ 에어로 ਮਾਡਲਿੰਗ ਦੇ ਵਿੱਚ ਠੀਕ ਹੈ ਜੀ 에어로 ਮਾਡਲਿੰਗ ਸੰਸਥਾ ਤੋਂ ਘੱਟੋ-ਘੱਟ 6 ਮਹੀਨੇ ਦਾ ਡਿਪਲੋਮਾ ਕੀਤਾ ਹੋਵੇ ਤੇ ਦੈਨ 10ਵੀਂ ਦੇ ਵਿੱਚ ਤੁਸੀਂ ਪੰਜਾਬੀ ਪਾਸ ਕੀਤੀ ਹੋਵੇ। ਦੈਨ ਸ਼ਿਪ ਮਾਡਲਿੰਗ ਸਟੋਰ ਕੀਪਰ ਇਹਦੇ ਲਈ ਤੁਸੀਂ 10ਵੀਂ ਸਾਇੰਸ ਵਿਸ਼ੇ ਨਾਲ ਪਾਸ ਹੋਣੇ ਚਾਹੀਦੇ ਹੋ 10ਵੀਂ ਦੇ ਵਿੱਚ ਸਾਇੰਸ ਵਿਸ਼ਾ ਪਾਸ ਹੋਣੇ ਚਾਹੀਦੇ ਹੋ ਤੇ 10ਵੀਂ ਦੇ ਵਿੱਚ ਪੰਜਾਬੀ ਵਿਸ਼ਾ ਵੀ ਪਾਸ ਹੋਣਾ ਚਾ ਤਾਂ ਦੋਸਤੋ ਡੈਰੀ ਵਿਕਾਸ ਇੰਸਪੈਕਟਰ ਗ੍ਰੇਡ 2 ਇਹਦੇ ਲਈ ਤੁਸੀਂ ਡਿਗਰੀ ਕੀਤੀ ਹੋਵੇ ਬੈਚਲਰ ਆਫ ਟੈਕਨੋਲੋਜੀ ਇਨ ਡੈਰੀ ਟੈਕਨੋਲੋਜੀ ਜਾਂ ਫਿਰ ਬੈਚਲਰ ਇਨ ਸਾਇੰਸ ਡੀਰਿੰਗ ਇਨ ਡੈਰੀ ਟੈਕਨੋਲੋਜੀ ਔਰ ਡੈਰੀ ਹਸਬੈਂਡਰੀ ਦੇ ਵਿੱਚ ਤੁਸੀਂ ਡਿਗਰੀ ਕੀਤੀ ਹੋਵੇ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਚਾਹੀਦੀ ਹੋ ਜੀ ਉਸ ਤੋਂ ਬਾਅਦ ਬਿਜਲੀ ਸਾਜ਼ ਕਮ ਜੂਨੀਅਰ ਟੈਕਨੀਸ਼ੀਅਨ 10ਵੀਂ ਤੁਸੀਂ ਕੀਤੀ ਹੋਵੇ 10ਵੀਂ ਦੇ ਨਾਲ ਤੁਸੀਂ ਆਈਟੀਆਈ ਡਿਪਲੋਮਾ ਕੀਤਾ ਹੋਵੇ ਇਲੈਕਟ੍ਰਿਕ ਟ੍ਰੇਡ ਦੇ ਵਿੱਚ 10ਵੀਂ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਵੇ ਉਸ ਤੋਂ ਬਾਅਦ ਜੀ ਲਾਈਨਸ ਆਫ ਡੈਂਡ ਦੀ ਭਰਤੀ ਆ ਤਿੰਨ ਸਾਲ ਦਾ ਡਿਪਲੋਮਾ ਕੀਤਾ ਹੋਵੇ ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਤੇ ਦਸਵੀਂ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਵੇ। ਦੈਨ ਦੋਸਤੋ ਡਰਾਈਵਰ ਦੀ ਜਿਹੜੀ ਭਰਤੀ ਆ ਦੇ ਲਈ ਤੁਸੀਂ ਦਸਵੀਂ ਪਾਸ ਹੋਣੇ ਚਾਹੀਦੇ ਹੋ ਤੇ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਤੁਹਾਡੇ ਕੋਲ ਹੈਵੀ ਤੇ ਲਾਈਟ ਵਾਹਨ ਦੋਨਾਂ ਦੇ ਲਈ। ਉਮਰ ਹੱਦ ਆ ਜਿਹੜੀ 1-1 2023 ਦੇ ਅਨਸਾਰ ਜਨਰਲ ਕੈਟਾਗਰੀ ਦੀ 18 ਤੋਂ 37 ਸਾਲ ਹੈ ਜੀ। ਐਸਸੀ ਬੀਸੀ ਦੀ 42 ਸਾਲ ਤੱਕ ਦੀ ਏਜ ਰੈਲੈਕਸੇਸ਼ਨ ਆ। ਦੈਨ ਦੋਸਤੋ ਪਰਤੋ ਵਾ ਫਿਜ਼ੀਕਲੀ ਹੈਂਡੀਕੈਪਡ ਕੈਂਡੀਡੇਟਸ ਦੀ 47 ਸਾਲ ਤੱਕ ਦੀ ਏਜ ਰੈਲੈਕਸੇਸ਼ਨ ਰੱਖੀ ਗਈ ਹੈ ਜੀ ਫੀਸ ਵੰਦੀ ਵੇਰਵਾ ਜਨਰਲ ਕੈਟਾਗਰੀ ਸੰਤੰਤਰਤਾ ਸੰਗਰਾਮੀ ਖਿਡਾਰੀ 1000 ਰੁਪਏ ਫੀਸ ਹੈ ਐਸਸੀਬੀਸੀਡਬਲ 250 ਰੁਪਏ ਸਾਬਕਾ ਫੌਜੀ ਆਸ਼ਰਿਤ ਜਾਨਕੀ ਐਕਸ ਸਰਵਿਸਮੈਨ 셀ਫ ਡਿਪੈਂਡੈਂਟਲੀ 200 ਹੈਂਡੀਕੈਪਡ ਦੇ ਲਈ 500 ਰੁਪਏ ਫੀਸ ਰੱਖੀ ਗਈ ਹੈ ਚੋਣਵਿਧੀ ਦੀ ਗੱਲ ਕਰੀ ਤਾਂ ਇਹ ਚ ਪਾਰਟ ਏ ਪਾਰਟ ਬੀ ਜਿਹੜੇ ਪੇਪਰ ਹੋਣਗੇ ਪਾਰਟ ਏ ਦੀ ਗੱਲ ਕਰੀਏ ਤਾਂ ਪੰਜਾਬੀ ਵਿਸ਼ੇ ਦੀ ਕੁਆਲੀਫਾਈਂਗ ਨੇਚਰ ਦੀ ਲਿਖਤੀ ਪ੍ਰੀਖਿਆ ਲਈ ਜਾ ਇੱਕ ਚੀਜ਼ ਮੈਂ ਹੋਰ ਦੱਸਦਾ ਕਿ ਇਸ ਤੋਂ ਪਹਿਲਾਂ ਜਿੰਨੀਆਂ ਗਰੁੱਪ B ਦੀਆਂ ਪੋਸਟਾਂ ਪੀਟਰ ਪਲੱਸ V ਦੇ ਰਾਹੀਂ ਆਈਆਂ ਨੇ ਤਾਂ ਉਹਦੇ 'ਚ ਪੰਜਾਬੀ ਦਾ ਪੇਪਰ ਨਹੀਂ ਹੋਵੇਗਾ ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਕਿਉਂਕਿ ਗਰੁੱਪ C ਤੇ D ਦੀਆਂ ਪੋਸਟਾਂ ਦੇ ਲਈ ਹੀ ਪੰਜਾਬੀ ਦਾ ਕੁਆਲੀਫਾਈਇੰਗ ਨੇਚਰ ਦਾ ਜਿਹੜਾ ਪੇਪਰ ਸਰਕਾਰ ਨੇ ਤੈਅ ਕੀਤਾ ਸੀ ਕਿਉਂਕਿ JE ਵਗੈਰਾ ਦੀਆਂ ਪੋਸਟਾਂ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਉਹਦੇ 'ਚ ਪੰਜਾਬੀ ਦਾ ਪੇਪਰ ਨਹੀਂ ਹੋਣਾ ਇਸ ਚੀਜ਼ ਦਾ ਖਾਸ ਧਿਆਨ ਰੱਖਿਓ ਤੇ ਹੁਣ ਇਹ ਗਰੁੱਪ C ਦੀਆਂ ਪੋਸਟਾਂ ਨੇ ਤਾਂ ਇਹਦੇ 'ਚ ਪਾਰਟ A ਪਹਿਲਾਂ ਪੰਜਾਬੀ ਕੁਆਲੀਫਾਈਇੰਗ ਨੇਚਰ ਦਾ ਪੇਪਰ ਹੋਵੇਗਾ दैन पार्ट बी संबंधित ओबजैक्टिव टाइप लिखती प्रीख्या सहुजित की जाएगी बख असाम की प्रीख्या का पैटर्न और सिलेबस आदि जल्द ही बोर्ड की वैबसाइट पर अपडेट किया जाएगा तो दोस्तों मेरा ख्याल सारी जानकारी मैं तुम्हें तो दे दी है बाकी कोई शक शंका कुछ नहीं पता लग रहा है। कमेंट सैक्शन कमेंट करके पूछ सक्य बाकी अपडेट्स बने रहो जुड़े रहो चैनल सबसक्राइब करो नोटिकेशन तुम्हें टैलीग्राम चैनल पर मिल जाएगा टैलीग्राम चैनल हाल तक ज्वाइन नहीं किया लिंक डिस्क्रिप्शन जाकर ज्वाइन कर लो धनवाद दो सत श्रीकाल